ਹਾਂਜੀ ਅੱਜ ਫਿਰ ਗੱਲ ਕਰ ਲਈਏ ਲਗਾਤਾਰ ਜਿਹੜਾ ਕਿ ਪਹਾੜਾਂ ਦੇ ਵਿੱਚ ਹੋਰਨਾਂ ਸੂਬਿਆਂ ਦੇ ਵਿੱਚ ਉੱਤਰਾਖੰਡ, ਬਦਰੀਨਾਥ, ਕੇਦਾਰਨਾਥ, ਹਿਮਾਚਲ ਦੇ ਵਿੱਚ ਕੁੱਲੂ, ਮਨਾਲੀ, ਵੱਖ ਵੱਖ ਥਾਵਾਂ ਦੇ ਉੱਤੇ ਲਗਾਤਾਰ ਅਸੀਂ ਵੀਡੀਓਜ਼ ਦੇਖ ਰਹੇ ਹਾਂ। ਇਸ ਕਰਕੇ ਲੋਕਾਂ ਨੂੰ ਵੀ ਵਾਰ ਵਾਰ ਸੁਚੇਤ ਕੀਤਾ ਜਾ ਰਿਹਾ ਕਿ ਅਜਿਹੀਆਂ ਥਾਵਾਂ 'ਤੇ ਨਾ ਜਾਇਆ ਜਾਵੇ ਕਿਉਂਕਿ ਹਾਲਾਤ ਬੇਕਾਬੂ ਹੋ ਚੁੱਕੇ ਨੇ। ਇੱਕ ਵੀਡੀਓ ਉੱਤਰਾਖੰਡ ਦੀ ਦਿਖਾਉਣ ਜਾ ਰਿਹਾ ਕਿ ਇੱਕ ਜਿਹੜਾ ਵਿਅਕਤੀ ਹੈ ਪਿੱਛੇ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਉਹ ਉਸਦੇ ਵਿੱਚ ਫਸ ਜਾਂਦਾ। ਹਾਲਾਂਕਿ ਗਣੀਮਤ ਇਹ ਰਹੀ ਹੈ ਕਿ ਉਸ ਵਿਅਕਤੀ ਨੂੰ ਬਚਾ ਤਾਂ ਲਿਆ ਜਾਂਦਾ, ਜਿਹੜੇ ਮੌਜੂਦ ਉੱਥੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਵਿਅਕਤੀ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਉਹ ਕੋਸ਼ਿਸ਼ਾਂ ਉਹਨਾਂ ਦੀਆਂ ਜਿਹੜੀਆਂ ਕਿ ਬੂਰ ਪੈ ਗਿਆ ਅਤੇ ਇਸ ਵਿਅਕਤੀ ਨੂੰ ਜਿਹੜਾ ਕਿ ਸਹੀ ਸਲਾਮਤ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਸੋ ਤਸਵੀਰਾਂ ਤੁਸੀਂ ਦੇਖ ਦਿਓ ਕਿ ਇਹ ਵਿਅਕਤੀ ਜਿਹੜਾ ਕਿ ਰੁੜਦਾ ਰੁੜਦਾ ਵੱਜ ਗਿਆ। ਪਾਣੀ ਦੇ ਵਹਾਅ ਇੰਨਾ ਤੇਜ਼ ਸੀ ਕਿ ਇਸਦੇ ਪੈਰ ਤੱਕ ਇਸ ਪਾਣੀ ਦੇ ਵਿੱਚ ਨਹੀਂ ਲੱਗੇ ਤਾਂ, ਪਰ ਲੋਕਾਂ ਨੇ ਇਸ ਨੂੰ ਜਿਹੜਾ ਕਿ ਕੱਪੜੇ ਦੀ ਮਦਦ ਨਾਲ ਜਿਹੜਾ ਕਿ ਇਸ ਨੂੰ ਬਚਾ ਲਿਆ ਗਿਆ। ਪਰ ਵਾਰ ਵਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਅਜਿਹੇ ਇਲਾਕੇ ਨੇ ਉੱਥੇ ਪਾਣੀ ਤੋਂ, ਨਦੀਆਂ ਤੋਂ, ਦਰਿਆਵਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੋ ਰਿਹਾ। ਨਾ ਜਾਣੇ ਇਸ ਵਿਅਕਤੀ ਨੂੰ ਕੋਈ ਦੇਖਣ ਵਾਲਾ ਨਾ ਹੁੰਦਾ, ਬਚਾਉਣ ਵਾਲਾ ਨਾ ਹੁੰਦਾ ਤਾਂ ਅੱਜ ਇੱਕ ਜ਼ਿੰਦਗੀ ਹੋਰ ਜਿਹੜੀ ਕਿ ਖਤਰੇ ਦੇ ਵਿੱਚ ਪਈ ਹੋਈ ਸੀ, ਇੱਕ ਹੋਰ ਜ਼ਿੰਦਗੀ ਜਿਹੜੀ ਕਿ ਖਤਮ ਹੋ ਸਕਦੀ ਸੀ ਜੇਕਰ ਇਸ ਨੂੰ ਕੋਈ ਬਚਾਉਣ ਵਾਲਾ ਨਾ ਹੁੰਦਾ। ਇਹ ਵੀਡੀਓ ਜਿਹੜੀ ਉੱਤਰਾਖੰਡ ਦੀ ਹੈ, ਉੱਤਰਾਖੰਡ ਤੋਂ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਜਿਹੜੀ ਕਿ ਖੂਬ ਵਾਇਰਲ ਹੋ ਰਹੀ ਹੈ। ਸਾਡਾ ਵੀਡੀਓ ਦਿਖਾਉਣ ਦਾ ਮਕਸਦ ਇਹ ਹੀ ਹੈ ਕਿ ਲਗਾਤਾਰ ਐਡਵਾਈਜ਼ਰੀਆਂ ਜਿਹੜੀ ਕਿ ਜਾਰੀ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ, ਅਧਿਕਾਰੀਆਂ ਦੇ ਵੱਲੋਂ ਕਿ ਨਦੀਆਂ, ਨਾਲਿਆਂ, ਝਰਨਿਆਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਇੱਕੋ ਦਮ ਪਾਣੀ ਦਾ ਵਹਾਅ ਤੇਜ਼ ਹੋ ਰਿਹਾ। ਇਸ ਕਰਕੇ ਲੋਕਾਂ ਨੂੰ ਆਪਣੇ ਆਪ ਨੂੰ ਸੰਭਾਲਣਾ ਔਖਾ ਹੋ ਸਕਦਾ। ਇਹ ਨਾ ਹੋਵੇ ਕਿ ਤੁਹਾਡੀ ਜਾਨ ਖਤਰੇ ਦੇ ਵਿੱਚ ਪੈ ਜਾਵੇ ਕਿਉਂਕਿ ਤੁਹਾਡੀ ਜਾਨ ਦੇ ਨਾਲ ਤੁਹਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਵੇਗਾ। ਇਸ ਕਰਕੇ ਤੁਸੀਂ ਝਰਨਿਆਂ ਤੋਂ, ਨਦੀਆਂ, ਦਰਿਆਵਾਂ ਤੋਂ ਦੂਰ ਰਹੋ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਲੋਕ ਸੁਚੇਤ ਹੋ ਜਾਣ। ਜਿਹੜੀ ਵਾਰ ਵਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਦੀ ਜਾਨ ਨਾ ਜਾਵੇ, ਉਹ ਸੁਰੱਖਿਅਤ ਰਹਿਣ, ਕਿਉਂਕਿ ਲਗਾਤਾਰ ਉੱਤਰਾਖੰਡ ਦੇ ਹੋਰ ਵੱਖਰੇ ਸੂਬਿਆਂ ਦੇ ਵਿੱਚ ਜਿਹੜਾ ਕਿ ਪਾਣੀ ਦਾ ਵਹਾਅ ਮੀਂਹ ਪੈਣ ਦੇ ਕਰਕੇ ਤੇਜ਼ ਹੋ ਰਿਹਾ, ਪਹਾੜ ਖਿਸਕਦੇ ਨਜ਼ਰ ਆ ਰਹੇ ਨੇ, ਜਿਸ ਦੇ ਮੱਦੇਨਜ਼ਰ ਹੁਣ ਲੋਕ ਪਾਣੀ ਤੋਂ ਕਾਫੀ ਦੂਰ ਰਹਿਣ ਕਿਉਂਕਿ ਪਾਣੀ ਦੇ ਵਹਾਅ ਦੇ ਵਿੱਚ ਹੁਣ ਤੱਕ ਲੋਕਾਂ ਦੇ ਅਨੇਕਾਂ ਘਰ ਵੀ ਹਿਮਾਚਲ ਦੇ ਵਿੱਚ ਤਬਾਹ ਹੋ ਚੁੱਕੇ ਨੇ। ਸਭ ਕੁਝ ਪਾਣੀ ਦੇ ਵਿੱਚ ਵਹਿ ਕੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ, ਲੋਕ ਜਿਹੜੇ ਫਸੇ ਹੋਏ ਨੇ ਤਾਂ ਦੂਜੇ ਜਿਹੜੇ ਹੋਰ ਲੋਕਾਂ ਨੇ ਉਹਨਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਪਹਾੜੀ ਇਲਾਕਿਆਂ ਤੋਂ ਦੂਰ ਹੀ ਰਹੋ, ਫਿਲਹਾਲ ਇੱਧਰ ਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਇੱਥੇ ਹੁਣ ਖਤਰੇ ਤੋਂ ਖਾਲੀ ਨਹੀਂ ਆ। ਫਿਲਹਾਲ ਜਦੋਂ ਤੱਕ ਪ੍ਰਸ਼ਾਸਨ ਦੂਸਰੀ ਵਾਰ ਐਡਵਾਈਜ਼ਰੀ ਜਾਰੀ ਨਹੀਂ ਕਰਦਾ ਕਿ ਹੁਣ ਖਤਰਾ ਇੱਥੇ ਘੱਟ ਗਿਆ, ਉਦੋਂ ਤੱਕ ਕੋਈ ਵੀ ਜਿਹੜਾ ਕਿ ਹਿਮਾਚਲ ਕੰਨੀ, ਪਹਾੜਾਂ ਕੰਨੀ ਰੁੱਖ ਨਾ ਕਰਨ, ਤੁਹਾਡੀ ਜਾਨ ਜਿਹੜੀ ਕਿ ਉਹ ਜੋਖਮ ਦੇ ਵਿੱਚ ਪੈ ਸਕਦੀ ਹੈ। ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵਿਅਕਤੀ ਜਿਹੜਾ ਕਿ ਪਾਣੀ ਦੇ ਵਿੱਚ ਫਸ ਜਾਂਦਾ, ਹਾਲਾਂਕਿ ਇਸ ਨੂੰ ਜਿਹੜਾ ਬਚਾ ਲਿਆ ਜਾਂਦਾ ਹੈ। ਬੜੀ ਮੁਸ਼ਕਲ ਦੇ ਨਾਲ ਜਿਹੜੇ ਇੱਥੇ ਵਿਅਕਤੀ ਖੜ੍ਹੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਤਾਂ ਇਸ ਨੂੰ ਪਾਣੀ ਦੇ ਵਹਾਅ ਦੇ ਵਿੱਚੋਂ ਕੱਢ ਲਿਆ ਜਾਂਦਾ। ਪਰ ਇੱਥੇ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੀ, ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ, ਇੱਥੇ ਕਿਸ ਨੂੰ ਸੰਭਲਣਾ ਬਹੁਤ ਔਖਾ ਹੋ ਸਕਦਾ। ਇਸ ਕਰਕੇ ਤੁਸੀਂ ਪਾਣੀ ਤੋਂ ਥੋੜ੍ਹਾ ਬਚਾ ਰੱਖੋ ਕਿਉਂਕਿ ਲਗਾਤਾਰ ਬਾਹਰੇ ਸੂਬਿਆਂ ਦੀ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹਾਂਗੇ, ਦੱਸਦੇ ਰਹਾਂਗੇ ਕਿ ਕਿੱਥੇ ਕਿੱਥੇ ਮਾਹੌਲ ਕਿੱਦਾਂ ਦਾ ਬਣਿਆ ਹੋਇਆ। ਸੋ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਲੋਕ ਨੇ ਜਿਹੜੇ ਉਹ ਸੁਚੇਤ ਹੋ ਜਾਣ। ਉੱਤਰਾਖੰਡ ਦੇ ਵਿੱਚ ਹਾਲਾਤ ਨੇ ਜਿਹੜੇ ਕਾਫੀ ਬੇਕਾਬੂ ਹੋ ਚੁੱਕੇ ਨੇ, ਲਗਾਤਾਰ ਪਾਣੀ ਦੇ ਵਹਾਅ ਤੇਜ਼ ਹੋਣ ਕਰਕੇ ਹੁਣ ਤੱਕ ਬਹੁਤ ਵੱਡਾ ਨੁਕਸਾਨ ਆ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਹੋ ਚੁੱਕਿਆ। ਤਾਂ ਹੁਣ ਲੋਕ ਥੋੜ੍ਹਾ ਜਿਹਾ ਇੱਧਰ ਜਿਹੜੇ ਕਿ ਰਹਿੰਦੇ ਨੇ ਉਹਨਾਂ ਲੋਕਾਂ ਨੂੰ ਵੀ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਪਾਣੀ ਤੋਂ ਦੂਰ ਰਿਹਾ ਜਾਵੇ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।